ਕੀਕਲ ਜੀ ਅੱਜ ਫੇਰ ਲੈ ਕੇ ਆਇਆ ਤੁਹਾਡੇ ਲਈ ਬਹੁਤ ਹੀ ਸੋਹਣੇ ਸੂਟ ਇਹ ਆਪਾਂ ਇੰਸਟਾਗ੍ਰਾਮ ਤੇ ਰੀਲ ਵੀ ਪਾਈ ਸੀ ਨਾ ਸੂਟਾਂ ਦੀ ਇਹ ਸਾਰੇ ਸਾਡੇ ਸੂਟ ਦੀਵਾਲੀ ਵਾਲੇ ਦਿਨ ਬਣ ਕੇ ਆਏ ਸੀਗੇ ਇੱਕ ਦਿਨ ਪਹਿਲਾਂ ਦੀਵਾਲੀ ਤੋਂ ਰਾਤ ਨੂੰ ਬਣ ਕੇ ਆਏ ਸੀਗੇ ਸੋ ਉਸ ਦਿਨ ਮੈਂ ਇੰਸਟਾਗ੍ਰਾਮ ਤੇ ਰੀਲ ਪਾ ਕੇ ਤੁਹਾਨੂੰ ਦੱਸਤਾ ਸੀਗਾ ਵੀ ਸੂਟ ਆ ਗਏ ਆਪਣੇ ਬਣ ਕੇ ਤੁਸੀਂ ਜਰੂਰ ਕਰਿਓ ਫੋਲੋ ਇੰਸਟਾਗ੍ਰਾਮ ਫਾਨੋ ਸਟਾਈਲ ਨੂੰ ਇਧਰ ਆਈ ਵੀ ਜਾਂਦਾ ਨਾਲ ਕਿਉਂਕਿ ਉੱਥੇ ਜਿਵੇਂ ਆਪਣੇ ਸੂਟ ਆਉਂਦੇ ਆ ਆਪਾਂ ਨਾਲ ਦੀ ਨਾਲ ਹਨਾ ਤੁਹਾਨੂੰ ਦੱਸ ਦਿੰਨੇ ਹੁੰਨੇ ਆ ਤੇ ਰੀਲ ਤੇ ਫੋਟੋਜ਼ ਵਗੈਰਾ ਪਾ ਦਿੰਨੇ ਆ ਸੋ ਉਹਨੂੰ ਜ਼ਰੂਰ ਫੋਲੋ ਕਰ ਲਓ ਤੇ ਬਾਕੀ ਆਪਾਂ ਤੁਹਾਨੂੰ ਹੋਰ ਵੀ ਵਧੀਆ ਚੀਜ਼ ਦਿਖਾਉਨੇ ਆ ਆਪਣੇ ਜਿਹੜੇ ਪੋਲੀਥੀਨ ਨੇ ਜਿਨ੍ਹਾਂ ਦੇ ਵਿੱਚ ਆਪਾਂ ਸੂਟਾਂ ਦੀ ਪੈਕਿੰਗ ਕਰਦੇ ਆ ਉਹ ਬਣ ਕੇ ਆ ਗਏ ਆ ਆ ਵੇਖੋ ਇਹ ਬਹੁਤ ਵਧੀਆ ਮਤਲਬ ਬਣੇ ਹੋਏ ਆ ਇਹ ਸਪੈਸ਼ਲ ਅਸੀਂ ਹੈਂਡਵਰਕ ਸੂਟਾਂ ਵਾਸਤੇ ਤਿਆਰ ਕਰਵਾਏ ਨੇ ਵੀ ਜਿਵੇਂ ਕਈ ਕਹਿ ਦਿੰਦੇ ਆ ਨਾ ਜਿਵੇਂ ਅਸੀਂ ਹੈਂਗਰ ਦੇ ਉੱਤੇ ਕੱਪੜੇ ਪਾਤੇ ਤੇ ਉਹ ਕਾਲੇ ਹੋ ਜਾਂਦੇ ਜਾਂ ਹੈਂਗਰਾਂ ਦਾ ਕੁਝ ਲੱਗ ਜਾਂਦਾ ਉਹਨਾਂ ਨੂੰ ਜ ਸੋ ਉਹ ਸੂਟ ਖਰਾਬ ਹੋ ਜਾਂਦੇ ਜਿਹੜੇ ਆ ਪਿਓਰ ਦੇ ਸੂਟ ਹੁੰਦੇ ਜਾਂ ਹੈਂਡਵਰਕ ਸੂਟ ਹੁੰਦੇ ਕਢਾਈਆਂ ਕਾਲੀਆਂ ਪੈ ਜਾਂਦੀਆਂ ਉਹ ਇਹੀ ਕਾਰਨ ਆ ਵੀ ਜਦੋਂ ਬਾਹਰ ਪਏ ਰਹਿੰਦੇ ਆ ਜਾਂ ਆਪਾਂ ਦੂਜੇ ਆਮ ਪੋਲੀਥੀਨ ਜਿਵੇਂ ਆ ਸਿੰਪਲ ਵਾਲਿਆ ਇਹਨਾਂ 'ਚ ਪਏ ਰਹਿੰਦੇ ਆ ਤਾਂ ਕੜਾਈਆਂ ਕਾਲੀਆਂ ਹੋਣ ਲੱਗ ਜਾਂਦੀਆਂ। ਸੋ ਅਸੀਂ ਇਹ ਸਪੈਸ਼ਲ ਪੋਲੀਥੀਨ ਬਣਾਏ ਨੇ ਹੈਂਡਵਰਕ ਸੂਟਾਂ ਵਾਸਤੇ। ਇਹਨਾਂ ਦੇ ਵਿੱਚ ਸੂਟ ਤੁਸੀਂ ਜਿਵੇਂ ਸਾਡੇ ਅਸੀਂ ਤੁਹਾਨੂੰ ਇਹਨਾਂ ਦੇ ਵਿੱਚ ਹੀ ਸਾਰੇ ਸੂਟ ਪਾ ਕੇ ਭੇਜਿਆ ਕਰਾਂਗੇ। ਸੋ ਸੂਟ ਸਟਿਚ ਹੋਣ ਤੋਂ ਬਾਅਦ ਵੀ ਜੇ ਤੁਸੀਂ ਪਾ ਵੀ ਲਿਆ ਤੋ ਵੀ ਲਿਆ ਬਾਅਦ ਵਿੱਚ ਇਹਨਾਂ ਦੇ ਵਿੱਚ ਪਾ ਕੇ ਸਾਂਭ ਦਿਆ ਕਰੋ। ਕਦੇ ਤੁਹਾਡਾ ਸੂਟ ਨਹੀਂ ਖਰਾਬ ਹੋਊਗਾ, ਵਧੀਆ ਰਹਿਣਗੇ ਹਮੇਸ਼ਾ ਹੀ। ਸੋ ਉੱਪਰ ਇਹਨਾਂ ਦੇ ਜ਼ਿੱਪ ਲੱਗੀ ਹੋਈ ਆ। ਆ ਵੇਖੋ ਵਿੱਚ ਸੂਟ ਪਾਤਾ ਇਹਦੇ ਤੇ ਉਮੀ ਜ਼ਿੱਪ ਬੰਦ ਕਰਤੀ ਆ ਦੇਖੋ ਉੱਪਰ ਅਸੀਂ ਆਪਣਾ ਲਗਾਵਾਇਆ ਵੀ ਆ ਸਾਰਾ ਬ੍ਰਾਂਡਿੰਗ ਕੀਤੀ ਆ ਵੀ ਫਾਨੋਸ ਸਟਾਈਲ ਦੇ ਸਾਰੇ ਬ੍ਰਾਂਡਡ ਸੂਟ ਨੇ ਇਹ ਸੋ ਇਹਨਾਂ ਨੂੰ ਤੁਸੀਂ ਇਹਨਾਂ ਦੇ ਵਿੱਚ ਸਾਮਕੇ ਰੱਖਿਓ ਅਸੀਂ ਤੁਹਾਨੂੰ ਸਾਰੇ ਸੂਟ ਚਾਹੇ ਤੁਸੀਂ 10 ਸੂਟ ਵੀ ਲੈਣੇ ਸਾਨੂੰ ਕੱਲਾ ਕੱਲਾ ਸੂਟ ਅਸੀਂ ਇਹਨਾਂ ਦੇ ਵਿੱਚ ਪਾ ਕੇ ਹੀ ਭੇਜਿਆ ਕਰਾਂਗੇ ਜੇ ਤੁਸੀਂ ਇੱਥੇ ਆ ਕੇ ਵੀ ਲੈਣੇ ਹੋ ਤਾਂ ਤੁਹਾਨੂੰ ਉਦੋਂ ਵੀ ਇਹਨਾਂ ਦੇ ਵਿੱਚ ਪਾ ਕੇ ਦਵਾਂਗੇ ਸੋ ਇਹ ਵਧੀਆ ਸੂਟ ਨੇ ਸੋ ਇਸ ਲਈ ਆਪਾਂ ਜਿਹੜੇ ਇਹ ਦੇ ਲਫਾਪੇ ਨੇ ਉਹ ਵੀ ਆਪਾਂ ਬ੍ਰਾਂਡਡ ਬਣਾਏ ਨੇ ਸੋ ਹੁਣ ਆਪਾਂ ਤੁਹਾਨੂੰ ਸੂਟ ਦਿਖਾਉਣੇ ਆ ਬਹੁਤ ਹੀ ਸੋਹਣੇ ਸੂਟ ਨੇ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਦਿਖਾਉਣੇ ਆ ਆ ਵੇਖੋ ਇਹ ਹੈਗਾ ਪਿਓਰ ਕ੍ਰੇਪ ਦਾ ਸੂਟ ਰਸਟ ਕਲਰ ਦਾ ਸੂਟ ਆ ਇਹ ਇਹ ਸੂਟ ਕੋਰਬੀ ਨੇ ਪਾਇਆ ਸੀਗਾ ਸੋ ਬਹੁਤ ਹੀ ਲੇਟੈਸਟ ਡਿਜ਼ਾਈਨ ਆ ਇਹ ਤੇ ਆਪਾਂ ਹੁਣ ਤਿਆਰ ਕਰਵਾਇਆ ਇਹ ਮੈਨੂੰ ਲੱਗਦਾ ਫਸਟ ਟਾਈਮ ਅਸੀਂ ਨੂੰ ਤਿਆਰ ਕਰਵਾਇਆ ਫੋਟੋ ਤੋਂ ਦੇਖ ਕੇ ਤੇ ਵੇਖੋ ਇਹਦਾ ਬਹੁਤ ਸੋਹਣਾ ਘੇਰਾ ਬਣਿਆ ਸੂਟ ਦਾ ਆਪਾਂ ਨਾਲ ਨਾਲ ਸੂਟ ਦੀ ਵੀਡੀਓ ਲਾਵਾਂਗੇ ਪਾਏ ਹੋਏ ਦੀ ਸੋ ਸੇਮ ਉਹੀ ਸੂਟ ਆ ਜਿਹੜਾ ਆਪਾਂ ਤਿਆਰ ਕਰਵਾਇਆ ਸੋ ਤੁਸੀਂ ਲੈ ਸਕਦੇ ਹੋ ਇਹਨੂੰ ਆ ਵੇਖੋ ਇਹਦਾ ਕੋਈ ਗਲਾ ਨਹੀਂ ਬਣਿਆ ਸਿਰਫ ਘੇਰਾ ਤੇ ਸੂਟ ਦੇ ਵਿੱਚ ਬੂਟੀਆਂ ਬਣੀਆਂ ਹੋਈਆਂ ਨੇ ਸੋ ਤੁਸੀਂ ਗਲਾ ਆਪਣੇ ਹਿਸਾਬ ਨਾਲ ਜਿੱਥੇ ਮਰਜ਼ੀ ਸੈੱਟ ਕਰਕੇ ਸੂਟ ਸਟਿਚ ਕਰਵਾ ਸਕਦੇ ਹੋ ਬਾਕੀ ਸੇਮ ਉਦਾਂ ਹੀ ਬਾਹਾਂ ਬਣੀਆਂ ਹੋਈਆਂ ਬਹੁਤ ਸੋਹਣੀਆਂ ਇਹ ਸੂਟ ਦੀ ਨਾ ਸਾਨੂੰ ਕਾਫੀ ਡਿਮਾਂਡ ਆਈ ਸੀਗੀ ਕਿਉਂਕਿ ਇਹ ਸੂਟ ਕੌਰਬੀ ਦੇ ਪਾਇਆ ਸਾਨੂੰ ਕਾਫੀ ਫੋਟੋਸ ਭੇਜੀਆਂ ਸੀ ਕਈ ਕਸਟਮਰਸ ਨੇ ਵੀ ਸਾਨੂੰ ਐਦਾਂ ਦਾ ਸੂਟ ਤਿਆਰ ਕਰਾ ਕੇ ਭੇਜੋ ਸੋ ਇਸ ਲਈ ਅਸੀਂ ਕਾਫੀ ਤਿਆਰ ਕਰਵਾ ਲਿਆ ਸੇਮ ਆ ਵੇਖੋ ਇਹ ਕਾ ਵੇਖੋ 2 3 4 ਪੰਜਵਾਂ ਆ ਸੀਗਾ ਬਾਕੀ 3-4 ਸੂਟ ਜਿੰਨ ਦਿਨ ਮੈਂ ਰੀਲ ਪਾਈ ਸੀਗੀ ਇੰਸਟਾਗ੍ਰam ਤੇ ਦੀਵਾਲੀ ਤੋਂ ਇੱਕ ਦਿਨ ਪਹਿਲਾਂ ਸੋ ਤਿੰਨ ਚਾਰ ਸੂਟ ਆਪਣੇ ਉਸ ਦਿਨ ਹੀ ਸੇਲ ਹੋ ਗਏ ਸੀਗੇ ਸੋ ਆ ਵੇਲੇ ਸੂਟ ਹੁਣ ਆਪਣੇ ਕੋਲ ਅਵੇਲੇਬਲ ਹੈ ਇਹ ਵਾਲੇ ਸੂਟ ਰੈਡੀ ਹੋਣ ਤੋਂ ਸਾਨੂੰ ਕਾਫੀ ਟਾਈਮ ਲੱਗ ਗਿਆ ਬਹੁਤ ਟਾਈਮ ਬਾਅਦ ਮਤਲਬ ਬਣ ਕੇ ਆਇਆ ਜਦੋਂ ਅਸੀਂ ਆਰਡਰ ਦਿੱਤਾ ਸੀਗਾ ਸੋ ਇਹਦੇ 3-4 ਸੂਟ ਤਾਂ ਉਦੋਂ ਹੀ ਸੇਲ ਹੋ ਗਏ ਸੀ ਜਿੱਦਾਂ ਰੀਲ ਪਾਈ ਸੀਗੀ ਤੇ ਕੁਝ ਆ ਆਪਣੇ ਕੋਲੇ ਇਸ ਟਾਈਮ ਪੀਸ ਹੈਗੇ ਵੀ ਆ ਚਾਰ ਤਾਂ ਇਹ ਨੇ ਪੰਜਵਾਂ ਜਿਹੜਾ ਆਪਾਂ ਖੋਲਿਆ ਹੋਇਆ ਤੁਹਾਡੇ ਸਾਹਮਣੇ ਇਹ ਵਾਲਾ ਸੋ ਸਾਡਾ ਵਟਸਐਪ ਨੰਬਰ ਦੇਖੋ نیچے ਆਈ ਜਾਂਦਾ ਸਕਰੀਨਸ਼ਾਟ ਲਓ ਸਾਨੂੰ ਵਟਸਐਪ ਤੇ ਮੈਸੇਜ ਕਰ ਦਿਓ ਆਪਾਂ ਤੁਹਾਨੂੰ ਸੂਟ ਕੋਰੀਅਰ ਕਰ ਦਾਂਗੇ ਬਾਕੀ ਪੂਰੇ ਇੰਡੀਆ ਦੇ ਵਿੱਚ ਕੈਸ਼ ਔਨ ਡਿਲੀਵਰੀ ਅਵੇਲੇਬਲ ਆ ਆਨਲਾਈਨ ਤਾਂ ਆਪਣਾ ਚੱਲਦੀ ਰਹਿੰਦੀ ਆ ਕੈਸ਼ ਔਨ ਤੇ ਸ਼ਿਪਿੰਗ ਵੀ ਬਿਲਕੁਲ ਫ੍ਰੀ ਆ ਬਾਕੀ ਜੇ ਤੁਸੀਂ ਬਾਹਰੋਂ ਤਾਂ ਇੰਟਰਨੈਸ਼ਨਲ ਆਪਾਂ ਉਹ ਵੀ ਕੋਰੀਅਰ ਕਰਦੇ ਆ ਪਰ ਜੇ ਤੁਸੀਂ ਉਹਦੇ ਤੁਹਾਡੇ ਲਈ ਉਹ ਵੀ ਆਫਰ ਆ ਵੀ ਜੇ ਤੁਸੀਂ 40000 ਤੋਂ ਵੱਧ ਕੱਪੜੇ ਲੈਣੇ ਹੋ ਤਾਂ ਆਪਾਂ ਇੰਟਰਨੈਸ਼ਨਲ ਸ਼ਿਪਿੰਗ ਵੀ ਫ੍ਰੀ ਕਰਦੇ ਆ ਬਾਕੀ ਆ ਦੇਖੋ ਦੁਪੱਟਾ ਹੈਗਾ ਪਿਓਰ ਚਨੂਨ ਦਾ 2.5 ਮੀਟਰ ਦੁਪੱਟਾ ਪੂਰਾ ਆਲ ਓਵਰ ਸੂਟ ਆ ਤੇ ਉਵੇਂ ਹੀ ਰਸਟ ਕਲਰ ਦਾ ਦੁਪੱਟਾ ਤੇ ਬਹੁਤ ਸੋਹਣੀਆਂ ਲੈਸਾਂ ਗੋਟੇ ਲਾ ਕੇ ਇਹਨੂੰ ਤਿਆਰ ਕੀਤਾ ਪਿਓਰ ਚਨੂਨ ਦਾ 2.5 ਮੀਟਰ ਦੁਪੱਟਾ ਇਹ ਚਾਰੇ ਪਾਸੇ ਲੈਸਾਂ ਲੱਗੀਆਂ ਤੇ ਗੋਟਾ ਲੱਗਿਆ ਹੋਇਆ ਵੇਖੋ ਸੋ ਇਹ ਬਹੁਤ ਪਿਆਰਾ ਸੂਟ ਆ ਬਾਕੀ ਕਲਰ ਬਹੁਤ ਜ਼ਿਆਦਾ ਡਿਫਰੈਂਟ ਜਾਂ ਨਵੇਂ ਨਵਾਂ ਜਾਂ ਕਲਰ ਆਹੇ ਤੇ ਹੁਣ ਆਪਾਂ ਤੁਹਾਨੂੰ ਦਿਖਾਉਨੇ ਆ ਅਗਲੇ ਸੂਟ ਲਓ ਜੀ ਨੈਕਸਟ ਆ ਗਿਆ ਫੇਰ ਪਿਓਰ ਕ੍ਰੇਪ ਤੇ ਬਲੈਕ ਕਲਰ ਦਾ ਸੂਟ ਇਹ ਬਹੁਤ ਹੀ ਡਿਫਰੈਂਟ ਜਿਹਾ ਸਟਾਈਲ ਦਾ ਸੂਟ ਆ ਮੈਨੂੰ ਲੱਗਦਾ ਹੁਣ ਤੱਕ ਦੇ ਸਾਰੇ ਸੂਟਾਂ ਨਾਲੋਂ ਡਿਫਰੈਂਟ ਸੂਟ ਹੋਊਗਾ ਇਹ ਇਹ ਸਪੈਸ਼ਲ ਜਿਵੇਂ ਕੋਈ ਵਿਆਹ ਸ਼ਾਦੀ ਕੋਈ ਵੀ ਪ੍ਰੋਗਰਾਮ ਆ ਰਿਹਾ ਹੁਣ ਜਿਵੇਂ ਵੈਡਿੰਗ ਸੀਜ਼ਨ ਚੱਲ ਹੀ ਪਿਆ ਸਾਨੂੰ ਬਹੁਤ ਡਿਮਾਂਡਸ ਆ ਰਹੀਆਂ ਸੂਟ ਬਣਨੇ ਵੀ ਦਿੱਤੇ ਆ ਤੇ ਬਣ ਕੇ ਆਈ ਵੀ ਜਾਂਦੇ ਆ ਸਾਡੇ ਨਾਲ ਨਾਲ ਸੋ ਆਹ ਸੂਟ ਦੀ ਬਹੁਤ ਜ਼ਿਆਦਾ ਡਿਮਾਂਡ ਸੀ ਸਾਨੂੰ ਵੀ ਬਹੁਤ ਸ਼ਿਵਿਸ਼ਿਸ਼ਿਤੀ ਬਣ ਕੇ ਸਾਡੇ ਕੋਲੇ ਆ ਜਵੇ ਕਿਉਂਕਿ ਸੂਟ ਹੈ ਹੀ ਬਹੁਤ ਪਿਆਰਾ ਬਾਕੀ ਨਾ ਇਹ ਸੂਟ ਦੀ ਮਤਲਬ ਕਿ ਆਪਾਂ ਵੀਡੀਓ ਲਾਵਾਂਗੇ ਨਾਲ ਤੁਸੀਂ ਵੀਡੀਓ ਦੇ ਵਿੱਚ ਦੇਖਿਓ ਸਟਿਚ ਕੀਤਾ ਹੋਇਆ ਸੂਟ ਬ ਤੇ ਬਹੁਤ ਸਾਰੇ ਸੂਟ ਤੇ ਹੈਂਡਵਰਕ ਕੀਤਾ ਹੋਇਆ ਬਾਕੀ ਇਹਦੀ ਲੈਂਥ ਹੈ ਮੈਂ ਤੁਹਾਨੂੰ ਲੈਂਥ ਦੱਸ ਦਿੰਨੀ ਆ ਜਿਨ੍ਹਾਂ ਦੀ ਲੈਂਥ 40 ਤੋਂ ਲੈ ਕੇ 45 ਤੱਕ ਆਉਂਦੀ ਆ ਉਹਨਾਂ ਦੇ ਰਾਮਨਾ ਸੈੱਟ ਆ ਜੂਗਾ ਉਹਦਾ ਕਾਰਨ ਇਹ ਆ ਜਿਵੇਂ ਹੁਣ ਉੱਪਰੋਂ ਥੋੜੀ ਬਹੁਤੀ 1 ਅੱਧਾ ਇੰਚ ਗਲੇ ਦੀ ਸੈਟਿੰਗ ਹੋ ਜਾਂਦੀ ਹੁੰਦੀ ਆ ਤੇ نیچے ਵੇਖੋ ਘੇਰੇ ਦੇ ਜਿਨ੍ਹਾਂ ਨੇ ਇੱਥੇ ਤੱਕ ਰੱਖਣਾ ਪੂਰੀ ਲੈਂਥ ਆ ਪਾਈਪਿੰਗ ਤੱਕ ਤਾਂ ਉਹ ਵੀ ਰੱਖ ਸਕਦੇ ਆ ਜਿਨ੍ਹਾਂ ਨੇ ਇੱਥੇ ਤੱਕ ਨਹੀਂ ਰੱਖਣਾ ਲੈਂਥ ਸ਼ਾਰਟ ਕਰਨੀ ਆ ਉਹ ਪਾਈਪਿੰਗ ਨੂੰ ਰਿਮੂਵ ਕਰਕੇ ਇੰਨਾ ਰੱਖ ਸਕਦੇ ਆ ਸੋ ਆਪਾਂ ਇਹਦੀ ਲੈਂਥ ਰੱਖੀ ਆ ਵੀ ਜਿਨ੍ਹਾਂ ਦੀ ਲੈਂਥ 40 ਤੋਂ ਲੈ ਕੇ 45 ਤੱਕ ਆਉਂਦੀ ਆ ਵੀ ਉਹਨਾਂ ਦੇ ਆਰਾਮ ਨਾਲ ਸੈੱਟ ਆ ਸਕੇ ਆ ਵੇਖੋ ਬਾਕੀ ਸੂਟ ਬਹੁਤ ਹੀ ਪਿਆਰਾ ਹੈ ਇਹ ਸਾਰੇ ਸੂਟ ਦੇ ਉੱਤੇ ਹੈਂਡਵਰਕ ਕੀਤਾ ਹੋਇਆ 올ਓਵਰ ਸੂਟ ਆ ਇਧਰ ਬਾਹਾਂ ਬਹੁਤ ਸੋਹਣੀਆਂ ਬਣੀਆਂ ਸੂਟ ਦੀਆਂ ਸੋਬਰ ਜੀਆਂ ਬਾਕੀ ਸੂਟ ਦੇ ਲੁੱਕ ਬੜੀ ਡਿਫਰੈਂਟ ਜੀ ਆ ਜਦੋਂ ਬਣਿਆ ਨਾ ਤੁਸੀਂ ਬਣਿਆ ਹੋਇਆ ਦੇਖ ਵੀ ਲਓਗੇ ਵੀਡੀਓ ਦੇ ਵਿੱਚ ਬਹੁਤ ਹੀ ਪਿਆਰਾ ਲੱਗੂਗਾ ਇਹਦਾ ਦੁਪੱਟਾ ਵੀ ਪਿਓਰ ਚਨੋਂਨ ਦਾ ਬਣਿਆ ਹੋਇਆ ਇਹਨੂੰ ਥੋੜੀ ਹੋਰ ਤਰ੍ਹਾਂ ਦੀ ਲੈਸ ਲਾਈ ਹੈ ਪਹਿਲਾਂ ਵਾਲੇ ਨਾਲ ਥੋੜੇ ਫਰਕ ਨਾਲ ਆ ਵੇਖੋ ਸ਼ਾਈਨਿੰਗ ਵਾਲੀ ਲੈਸ ਲੱਗੀ ਆ ਟਾਈ ਮੀਟਰ ਦੁਪੱਟਾ ਪਿਓਰ ਚਨੋਂਨ ਦਾ ਤੇ ਬਹੁਤ ਸੋਹਣਾ ਗੋਟਾ ਲਾ ਕੇ ਚਾਰ ਲੈਸਾਂ ਲਵਾਈਆਂ ਹੋਈਆਂ ਆ ਵੇਖੋ ਇਹਦੇ ਨਾਲ ਦੇ ਆਪਣੇ ਕੋਲੇ 10-12 ਪੀਸ ਬਣ ਕੇ ਆਏ ਸੀ ਕੋਸ਼ਿਸ਼ ਸੀ ਕੋਰੀਅਰ ਵੀ ਕਰਦੇ ਆ ਕਿਉਂਕਿ ਮੈਂ ਵੀਡੀਓ ਪਾਈ ਸੀਗੀ ਇਹਦੀ ਇੰਸਟਾਗ੍ਰam ਤੇ ਸੋ ਉੱਥੋਂ ਮਤਲਬ ਕਾਫੀ ਡਿਮਾਂਡ ਆਈ ਸੀ ਸੂਟ ਦੀ ਸੋ ਉੱਥੋਂ ਸੇਲ ਹੋ ਗਏ ਆਪਣੇ ਕੋਲੇ ਹੁਣ ਇਸ ਟਾਈਮ ਜਿਹੜੇ ਅਵੇਲੇਬਲ ਹੈਗੇ ਆ ਆਪਾਂ ਤੁਹਾਨੂੰ ਉਹ ਦਿਖਾ ਦਿੰਨੇ ਆ ਆ ਦੇਖੋ ਆਪਣੇ ਕੋਲ ਇਸ ਟਾਈਮ ਇਹਦੇ 5 ਪੀਸ ਅਵੇਲੇਬਲ ਨੇ ਸੋ so, WhatsApp ਨੰਬਰ ਆਈ ਜਾਂਦਾ ਤੁਹਾਨੂੰ ਜਿਵੇਂ ਵੀ ਪਸੰਦ ਆ ਤੁਸੀਂ ਲੈ ਸਕਦੇ ਹੋ ਬਾਕੀ ਅੱਜ ਕੱਲ ਜਿਵੇਂ ਹੁਣ ਟ੍ਰੈਂਡ ਚੱਲ ਰਿਹਾ ਜਿਵੇਂ ਕਈ ਸਿਸਟਰਜ਼ ਹੁੰਦੀਆਂ ਨੇ ਕਜ਼ਨਸ ਹੁੰਦੀਆਂ ਨੇ ਉਹ ਇੱਕੋ ਜਿਹਾ ਸੂਟ ਪਾਉਂਦੀਆਂ ਨੇ ਵਿਆਹ ਦੇ ਵਿੱਚ ਸੋ ਜੇ ਤੁਸੀਂ ਸੇਮ ਸੂਟ ਵੀ ਪਾਉਣਾ ਤਾਂ ਤੁਸੀਂ ਸੇਮ ਵੀ ਲੈ ਸਕਦੇ ਹੋ ਕਿਉਂਕਿ ਆਪਣੇ ਕੋਲੇ ਕਾਫੀ ਜ਼ਿਆਦਾ ਹੈਗੇ ਨੇ ਇਹ 5 ਪੀਸ ਨੇ ਟੋਟਲ ਸੋ ਤੁਸੀਂ 5 ਦੇ 5 ਵੀ ਲੈ ਸਕਦੇ ਹੋ 2 ਵੀ ਲੈ ਸਕਦੇ ਹੋ ਜਾਂ ਸਿੰਗਲ ਲੈਣਾ ਤਾਂ ਸਿੰਗਲ ਵੀ ਲੈ ਸਕਦੇ ਹੋ ਬਾਕੀ ਆਪਣੀ ਕੈਸ਼ ਔਨ ਡਿਲੀਵਰੀ ਤਾਂ ਅਵੇਲੇਬਲ ਹੀ ਆ ਤੇ ਸ਼ਿਪਿੰਗ ਵੀ ਬਿਲਕੁਲ ਫ੍ਰੀ ਆ ਲਓ ਜੀ ਆਪਣਾ ਆ ਗਿਆ ਨੈਕਸਟ ਸੂਟ ਇਹ ਹੈਗਾ ਰਾਣੀ ਸ਼ੇਡ ਦੇ ਉੱਤੇ ਬਣਿਆ ਹੋਇਆ ਬਹੁਤ ਪਿਆਰਾ ਸੂਟ ਆ ਇਹਦੇ ਤੇ ਹੈਂਡਵਰਕ ਵੀ ਕੀਤਾ ਥ레ਡਵਰਕ ਵੀ ਕੀਤਾ ਤੇ ਗੋਟਾ ਪੱਤੀ ਦਾ ਜਾਦਾ ਵਰਕ ਕੀਤਾ ਹੋਇਆ ਮੇਨ ਜਿਹੜਾ ਵਰਕ ਆ ਉਹ ਗੋਟਾ ਪੱਤੀ ਦਾ ਇਹ ਪਿਓਰ ਕਰੇਪ ਦਾ ਸੂਟ ਆ ਬਾਕੀ ਤੁਸੀਂ ਦੇਖ ਸਕਦੇ ਹੋ ਜਿਹੜਾ ਆ ਵਾਲਾ ਰਾਣੀ ਸ਼ੇਡ ਹੁੰਦਾ ਇਹ ਹਮੇਸ਼ਾ ਜਿਹੜਾ ਪਿਓਰ ਦਾ ਕਪੜਾ ਹੁੰਦਾ ਉਹਦੇ ਤੇ ਹੀ ਇਹ ਡਾਈ ਹੁੰਦਾ ਹੁੰਦਾ ਸੋ ਬਹੁਤ ਸੋਹਣੇ ਦੇਖੋ ਪਹਿਲਾਂ ਘੇਰਾ ਬਣਿਆ ਹੋਇਆ ਦੋ ਵੇਲਾਂ ਬਣੀਆਂ ਹੋਈਆਂ ਘੇਰੇ ਦੇ ਉੱਤੇ ਫਲਾਵਰ ਫਿਰ ਤਾਂ ਉਹ ਦੋ ਵੇਲਾਂ ਜਾਂਦੀਆਂ ਨੇ ਤੇ ਇਧਰ ਗਲਾ ਬਣਿਆ ਹੋਇਆ ਇਹਦੀ ਵੀ ਲੈਂਥ ਮੈਂ ਤੁਹਾਨੂੰ ਦੱਸ ਦਿੰਦੀ ਆ ਵੀ ਜਿਨ੍ਹਾਂ ਦੀ ਲੈਂਥ 40 ਤੋਂ ਲੈ ਕੇ 45 ਤੱਕ ਆਉਂਦੀ ਆ ਉਹਨਾਂ ਦੇ ਆਰਾਮ ਨਾਲ ਸੈੱਟ ਹੋ ਜੂਗਾ ਕਿਉਂਕਿ ਅਸੀਂ ਉਸ ਹੱਬ ਨਾਲ ਇਹਨੂੰ ਤਿਆਰ ਕਰਵਾਇਆ ਹੁੰਦਾ ਵੀ نیچے ਘੇਰੇ ਤੋਂ ਥੋੜੀ ਜੀ ਸੈਟਿੰਗ ਹੋ ਸਕੇ ਤੇ ਗਲੇ ਤੋਂ ਵੀ ਥੋੜੀ ਜੀ ਹੋ ਸਕੇ ਸੋ 40 ਤੋਂ 45 ਜਿਨ੍ਹਾਂ ਦੀ ਲੈਂਥ ਆਉਂਦੀ ਆ ਉਹਨਾਂ ਦੇ ਆਰਾਮ ਨਾਲ ਸੈੱਟ ਆ ਜੂਗਾ ਸੋ ਜਿਨ੍ਹਾਂ 39 ਵੀ ਆਉਂਦੀ ਆ ਨਾ ਉਹਨਾਂ ਦੇ ਵੀ ਆ ਜੂਗਾ ਕਿਉਂਕਿ ਥੋੜੀ ਬਹੁਤੀ ਜਦੋਂ ਸਟਿਚਿੰਗ ਕਰਦੇ ਆ ਪਾਈ ਵਾ ਪਲੇਟਾਂ ਵਗੈਰਾ ਪੈਂਦੀਆਂ ਨੇ ਸੋ ਉਦੋਂ ਮਤਲਬ ਸੈਟਿੰਗ ਹੋ ਜਾਂਦੀ ਹੁੰਦੀ ਆ ਸ ਆ ਵੇਖੋ ਇਹ ਹੈਗਾ ਸ਼ਰਟ ਬਹੁਤ ਸੋਹਣੀ ਜਿਹੜੀ ਬਣੀ ਆ ਤੇ ਇਧਰ ਬਾਹਾਂ ਮੇਨ ਬਹੁਤ ਸੋਹਣੀਆਂ ਬਾਕੀ ਇਹ ਪੂਰਾ ਵੈਡਿੰਗ ਸੂਟ ਆ ਜਿਵੇਂ ਵਿਆਹ ਤੇ ਪਾਇਆ ਹੋਇਆ ਬਹੁਤ ਹੀ ਜ਼ਿਆਦਾ ਸੋਹਣਾ ਲੱਗੂਗਾ ਆ ਵੇਖੋ ਬਾਹਾਂ ਬਣੀਆਂ ਬਾਕੀ ਇਹ ਤਾਂ ਹੋ ਗਈ ਇਹਦੀ ਸ਼ਰਟ ਇਹ ਸਭ ਤੋਂ ਡਿਫਰੈਂਟ ਡਿਜ਼ਾਈਨ ਦਾ ਸੂਟ ਇਸ ਵਾਰ ਰੈਡੀ ਕਰਵਾਇਆ ਨਹੀਂ ਨਾਰਮਲੀ ਸਾਰਾ ਆਲ ਓਵਰ ਰਾਣੀ ਸ਼ੇਡ ਹੀ ਹੁੰਦਾ ਇਹਦੀ ਜਿਹੜੀ ਬਾਟਮ ਆ ਉਹ ਵੇਖੋ ਬਾਟਮ ਤੇ ਵੀ ਵਰਕ ਕਰਵਾਇਆ ਆਪਾਂ ਕਾਈ ਬਲੂ ਕਲਰ ਦੀ ਥ੍ਰੈਡ ਜਿਹੜਾ ਜਿਹੜਾ ਥ੍ਰੈਡ ਵਰਕ ਹਲਕਾ ਹਲਕਾ ਕੀਤਾ ਉਸ ਕਲਰ ਦੀ ਬਾਟਮ ਆ ਇਹ ਵੀ ਪਿਓਰ ਕਰੇਪ ਤੇ ਆ ਬਾਕੀ ਜਿਹੜੇ ਆਹ ਸੂਟ ਆ ਜਿਵੇਂ ਕੰਟਰਾਸਟ ਸੂਟ ਤੁਸੀਂ ਦੇਖ ਰਹੇ ਹੋ ਇਹਨਾਂ ਦੀ ਜਿਹੜੀ ਬਾਟਮ ਹੁੰਦੀ ਆ ਉਹ 3 ਮੀਟਰ ਹੁੰਦੀ ਆ ਆਲ ਓਵਰ ਤਾਂ ਚਲੋ 5 ਮੀਟਰ ਪੂਰਾ ਸੂਟ ਹੁੰਦਾ ਇਹ ਬਾਟਮ ਇਹਦੀ 3 ਮੀਟਰ ਦੀ ਆ ਆ ਵੇਖੋ ਬਾਟਮ ਤੇ ਫਲਾਵਰ ਬਣਿਆ ਇਹਨੂੰ ਤੁਸੀਂ ਪਲਾਜ਼ੋ ਵੀ ਬਣਾ ਸਕਦੇ ਹੋ ਜਿਵੇਂ ਪੈਂਟ ਪਲਾਜ਼ੋ ਹੁੰਦਾ ਤੇ ਇਹਨੂੰ ਤੁਸੀਂ ਸਲਵਾਰ ਸੂਟ ਵੀ ਸਟਿਚ ਕਰਾ ਸਕਦੇ ਹੋ ਸੋ ਬਣਿਆ ਹੋਇਆ ਬਹੁਤ ਸੋਹਣਾ ਲੱਗੂਗਾ ਆਪਾਂ ਤੁਹਾਨੂੰ ਦੁਪੱਟਾ ਦਿਖਾਉਣੀ ਆ ਇਹਦਾ ਬੜਾ ਡਿਫਰੈਂਟ ਜਿਹਾ ਸਟਾਈਲ ਦਾ ਦੁਪੱਟਾ ਬਣਿਆ ਡਬਲ ਸ਼ੇਡ ਦੁਪੱਟਾ ਸੂਟ ਨਾਲ ਦਾ ਰਾਣੀ ਸ਼ੇਡ ਤੇ ਸਕਾਈ ਬਲੂ ਦੋਨਾਂ ਦਾ ਟੱਚ ਦਿੱਤਾ ਇਹ ਵੀ 2.5 ਮੀਟਰ ਦੁਪੱਟਾ ਪਿਓਰ ਚਨੋਂ ਦਾ ਤੇ ਤਿੰਨ ਤਰ੍ਹਾਂ ਦੀਆਂ ਲੈਸਾਂ ਲੱਗੀਆਂ ਨੇ ਪਹਿਲਾਂ ਗੋਟਾ ਲੱਗਿਆ ਫਿਰ ਇੱਥੇ ਲੈਸ ਲੱਗੀ ਆ ਫਿਰ ਸੈਂਟਰ 'ਚ ਤੇ ਫਿਰ ਉਧਰ ਇੱਕ ਸਾਈਡ ਤੇ ਸੋ ਡਬਲ ਸ਼ੇਡ ਸੂਟ ਨਾਲ ਦਾ ਹੀ ਦੁਪੱਟਾ ਆ ਗਿਆ ਸੋ ਆਪਣੇ ਆਪਾਂ ਇਹਦੇ ਕਾਫੀ ਸੂਟ ਤਿਆਰ ਕਰਵਾਏ ਨੇ ਤੁਹਾਨੂੰ ਦਿਖਾਉਣੀ ਆ ਸੇਮ ਆ ਵੇਖੋ ਆ ਵੇਖੋ ਇੱਕ ਤੋਂ 2 3 4 5 6 7 ਪੀਸ ਨੇ ਇਸ ਟਾਈਮ ਸਾਡੇ ਕੋਲ ਇਹਦੇ ਸੋ ਤੁਸੀਂ ਲੈ ਸਕਦੇ ਹੋ ਸਾਡਾ WhatsApp ਨੰਬਰ نیچے ਆਈ ਜਾਂਦਾ ਸਕਰੀਨ ਸ਼ਾਟ ਲਓ ਸਾਨੂੰ WhatsApp ਤੇ ਮੈਸੇਜ ਕਰ ਦਿਓ ਵੀ ਆਹ ਸੂਟ ਲੈਣਾ ਆਪਾਂ ਤੁਹਾਨੂੰ ਕੋਰੀਅਰ ਕਰ ਦਾਂਗੇ ਤੁਸੀਂ ਆਨਲਾਈਨ ਵੀ ਪੇਮੈਂਟ ਕਰ ਸਕਦੇ ਹੋ ਤੇ ਕੈਸ਼ ਔਨ ਡਿਲੀਵਰੀ ਵੀ ਕਰ ਸਕਦੇ ਹੋ ਹੁਣ ਆਪਾਂ ਤੁਹਾਨੂੰ ਆਪਣੇ ਰਿਵਿਊ ਦੇ ਦਿਖਾ ਦਿੰਨੇ ਆ ਜਿਨ੍ਹਾਂ ਨੂੰ ਅਸੀਂ ਸੂਟ ਭੇਜੇ ਸੀਗਾ ਜਦੋਂ ਉਹਨਾਂ ਕੋਲ ਸਾਡੇ ਸੂਟ ਪਹੁੰਚੇ ਉਹਨਾਂ ਨੂੰ ਬਹੁਤ ਪਸੰਦ ਆਏ ਤੇ ਉਹਨਾਂ ਨੇ ਸਾਨੂੰ ਮੈਸੇਜ ਕੀਤੇ ਕਮੈਂਟ ਵੀ ਕੀਤੇ ਸੋ ਹੁਣ ਆਪਾਂ ਉਹ ਵੇਖ ਲੈਨੇ ਆ ਲਓ ਜੀ ਇਹਨਾਂ ਨੇ ਪਿਕ ਭੇਜੀ ਹੈ ਕਹਿੰਦੇ ਬਹੁਤ ਸੋਹਣਾ ਸੂਟ ਆ ਆਈ ਲਾਈਕ ਇਟ ਤੇ ਨੈਕਸਟ ਵਾਲੇ ਕਹਿੰਦੇ ਆ ਨਵਨੀਤ ਸੂਟ ਮਿਲ ਗਿਆ ਬਹੁਤ ਹੀ ਪਿਆਰਾ ਸੂਟ ਹੈ ਮਸਤ ਹੈ ਆਈ ਲਾਈਕ ਇਟ ਥੈਂਕ ਯੂ ਸੋ ਮੱਚ ਬਿਊਟੀਫੁਲ ਸੂਟ ਤੇ ਨੈਕਸਟ ਵਾਲੇ ਜਿਨ੍ਹਾਂ ਨੇ ਪਿਕ ਭੇਜੀ ਆ ਨਵਨੀਤ ਸੂਟ ਮਿਲ ਗਿਆ ਨਾਈਸ ਸੂਟ ਥੈਂਕਸ ਤੇ ਇਹ ਕਹਿੰਦੇ ਆ ਬਹੁਤ ਅੱਛੇ ਸੂਟ ਹੈ ਦੀ ਇਹਨਾਂ ਨੂੰ ਸੂਟ ਦੀਆਂ ਦੋ ਫੋਟੋਆਂ ਭੇਜੀਆਂ ਤੇ ਨੈਕਸਟ ਕਹਿੰਦੇ ਆ ਥੈਂਕ ਯੂ ਬਿਊਟੀਫੁਲ ਸੂਟ ਐਜ਼ ਸ਼ੋਨ ਇਨ ਦਾ ਪਿਕਚਰਸ ਆਈ ਲਾਈਕ ਇਟ ਲੋ ਜੀ ਹੁਣ ਆਪਾਂ ਤੁਹਾਨੂੰ ਦਿਖਾਉਨੇ ਆ ਬਹੁਤ ਹੀ ਪਿਆਰਾ ਮਸਟਰਡ yellow ਜਿਹਾ ਕਲਰ ਆ ਇਹ ਇਹ ਸਪੈਸ਼ਲ ਸੂਟ ਆਪਾਂ ਜਿਵੇਂ ਹਲਦੀ ਮੈਂ ਬਟਨਾ ਮਾਈਆਂ ਹੁੰਦਾ ਉਸ ਵਾਸਤੇ ਬਣਵਾਇਆ ਸੀਗਾ ਤੁਸੀਂ ਜਾਗੋ ਤੇ ਵੀ ਪਾ ਸਕਦੇ ਹੋ ਵਿਆਹ ਤੇ ਹੀ ਪਾ ਸਕਦੇ ਹੋ ਸੋ ਬਹੁਤ ਸੋਹਣਾ ਹੈਂਡਵਰਕ ਤੇ ਪਿਓਰ ਕਰੇਪ ਦਾ ਆਲ ਓਵਰ ਸੂਟ ਬਣਿਆ ਹੋਇਆ ਇਹਦੀ ਵੀ ਲੈਂਥ ਓਵੇਂ 39 ਤੋਂ ਲੈ ਕੇ ਜਿਨ੍ਹਾਂ ਦੀ 45 ਤੱਕ ਆਉਂਦੀ ਆ ਸੋ ਉਹਨਾਂ ਦੇ ਆਰਾਮ ਨਾਲ ਸੈਟਿੰਗ ਆਜੂਗੀ ਇਹਦੀ ਪਹਿਲਾਂ ਵੇਖੋ ਗਲਾ ਬਣਿਆ ਹੋਇਆ ਬਹੁਤ ਹੀ ਪਿਆਰਾ ਹੈਂਡਵਰਕ ਕੀਤਾ ਤੇ ਸਾਰੇ ਦੁਪੱਟੇ ਦੇ ਵਿੱਚ ਜਿਵੇਂ ਮੁਕੈਸ਼ ਹੁੰਦੀ ਆ ਉਦਾਂ ਬਣਿਆ ਹੋਇਆ ਤੇ ਫਿਰ نیچے ਘੇਰਾ ਆ ਜਾਂਦਾ ਕੇ ਰਵੀ ਬਹੁਤ ਸੋਹਣਾ ਪੂਰਾ ਹੈਵੀ ਸੂਟ ਆ ਇਹ ਸੋ ਇਹ ਪਾਇਆ ਹੋਇਆ ਬਹੁਤ ਹੀ ਜ਼ਿਆਦਾ ਪਿਆਰਾ ਲੱਗੂਗਾ ਤੇ ਇੱਧਰ ਇਹਦੀਆਂ ਬਣੀਆਂ ਬਾਹਾਂ ਆ ਵੇਖੋ ਇੱਧਰ ਬਾਹਾਂ ਬਣੀਆਂ ਆ ਬਾਕੀ ਇਹਦਾ ਦੁਪੱਟਾ ਬਹੁਤ ਪਿਆਰਾ ਬਣਿਆ ਹੋਇਆ ਦੁਪੱਟਾ ਇਹਦਾ ਵੀ ਪਿਓਰ ਚਨੂਨਤੀ ਆ ਆ ਵੇਖੋ 2 ਮੀਟਰ ਦੁਪੱਟਾ ਨਾਲ ਆ ਵੇਖੋ ਬਹੁਤ ਸਣੀਆਂ ਲੈਸਾਂ ਗੋਟੇ ਲਾ ਕੇ ਇਹਨੂੰ ਤਿਆਰ ਕੀਤਾ ਗਿਆ ਇਹਦੇ ਨਾਲ ਦੇ ਇੱਕ ਪੀਸਾ ਹੋ ਗਿਆ ਇੱਕ ਪੀਸ ਆ ਹੋ ਗਿਆ ਟਿਕਾ ਹੋ ਗਿਆ ਸੋ ਇਹ ਤਿੰਨ ਪੀਸ ਨੇ ਇਸ ਟਾਈਮ ਸਾਡੇ ਕੋਲ ਅਵੇਲੇਬਲ ਸੋ ਤੁਸੀਂ ਕੋਈ ਵੀ ਲੈ ਸਕਦੇ ਹੋ ਮੇਜ ਤਿੰਨੋਂ ਲੈਣਾਂ ਦਾ ਤਿੰਨੋਂ ਲੈ ਸਕਦੇ ਹੋ ਸਿੰਗਲ ਪੀਸ ਲੈਣਾ ਦਾ ਸਿੰਗਲ ਵੀ ਲੈ ਸਕਦੇ ਹੋ ਸੋ ਇਹ ਸੂਟ ਜਿਹੜੇ ਜ਼ਿਆਦਾ-ਜ਼ਿਆਦਾ ਤਿਆਰ ਕਰਾਏ ਨੇ ਇਹ ਸਾਨੂੰ ਬਹੁਤ ਜ਼ਿਆਦਾ ਪਸੰਦ ਆਏ ਸੀ ਬਾਕੀ ਸਾਡੀ ਸਾਨੂੰ ਇਹਨਾਂ ਦੀ ਕਾਫੀ ਡਿਮਾਂਡ ਆਈ ਸੀ ਵੀ ਇਦਾਂ ਦੇ ਸੂਟ ਰੈਡੀ ਕਰਾਓ ਸੋ ਇਸ ਲਈ ਅਸੀਂ ਜ਼ਿਆਦਾ ਤਿਆਰ ਕਰਵਾਏ ਨੇ ਵੀ ਜੇ ਤੁਸੀਂ ਵੀ ਲੈਣਾ ਹੋਵੇ ਤਾਂ ਤੁਸੀਂ ਵੀ ਲੈ ਸਕਦੇ ਹੋ ਲਓ ਜੀ ਆ ਗਿਆ ਆਪਣਾ ਨੈਕਸਟ ਸੂਟ ਇਹ ਗਾਜਰੀ ਤੇ ਪਿੰਕਿਸ਼ ਦੇ ਦਾ ਸੈਂਟਰ ਦਾ ਵਿੱਚ ਕਲਰ ਆ ਜਾਂਦਾ ਉਹਦਾ ਬਣਿਆ ਹੋਇਆ ਇਹ ਆਰਗੈਂਜ਼ਾ ਤੇ ਬਣਿਆ ਬਾਕੀ ਬਹੁਤ ਹੀ ਪਿਆਰੀ ਸ਼ਰਟ ਬਣੀ ਆ ਸੂਟ ਬਣਿਆ ਹੋਇਆ ਇਹ ਬਹੁਤ ਹੀ ਪਿਆਰਾ ਲੱਗੂਗਾ ਕਿਉਂਕਿ ਪੂਰਾ ਪਾਰਾ ਸੂਟ ਆ ਹੈਵੀ ਜਿਹੜਾ ਬਣਿਆ ਹੋਇਆ ਫਰੰਟ ਸੂਟ ਦਾ ਇਹ ਸ਼ਰਟ ਆਰਗੈਂਜ਼ਾ ਦੀ ਇਹਦੇ ਵਿੱਚ ਥ੍ਰੈਡ ਵਰਕ ਵੀ ਆ ਸਿੱਪੀ ਵਰਕ ਵੀ ਆ ਹੈਂਡ ਵਰਕ ਵੀ ਆ ਮੋਤੀ ਵੀ ਲੱਗਿਆ ਸਾਰੇ ਤਰ੍ਹਾਂ ਦਾ ਵਰਕ ਕੀਤਾ ਹੋਇਆ ਸੂਟ ਦੇ ਵਿੱਚ ਬਾਕੀ ਡਿਜ਼ਾਈਨ ਇਹ ਲੇਟੈਸਟ ਆ ਇਦਾਂ ਦਾ ਡਿਜ਼ਾਈਨ ਤੁਸੀਂ ਮਾਰਕੀਟ 'ਚ ਹਜੇ ਤੱਕ ਆਇਆ ਨਹੀਂ ਹੋਣਾ ਜਿਹੜਾ ਅਸੀਂ ਵਰਕ ਕਰਵਾਇਆ ਵਾ ਸੋ ਆ ਵੇਖੋ ਇੱਧਰ ਬਣੀਆਂ ਹੋਈਆਂ ਬਾਹਾਂ ਇਹਦੀਆਂ ਬਾਹਾਂ ਵੀ ਪੂਰੀਆਂ ਹੈਵੀ ਬਣੀਆਂ ਹੋਈਆਂ ਸੂਟ ਦੀਆਂ ਸੋ ਬਹੁਤ ਹੀ ਪਿਆਰਾ ਲੱਗੂਆ ਜਦੋਂ ਸਟਿਚ ਕੀਤਾ ਇਹਨੂੰ ਤੇ ਹੁਣ ਇਹਦੀ ਬਾਟਮ ਦਿਖਾ ਦਿੰਨੇ ਆ ਇਹਦੀ ਬਾਟਮ ਹੈਗੀ ਆ ਸਿਲਕ ਦੇ ਉੱਤੇ ਸੋ ਜੇ ਤੁਸੀਂ ਇਹਨੂੰ ਸਲਵਾਰ ਸੂਟ ਬਣਾਉਣਾ ਉਹ ਤਾਂ ਬਾਣੀ ਜਾਣਾ ਤੁਸੀਂ ਲਹਿੰਗਾ ਵੀ ਬਣਾ ਸਕਦੇ ਹੋ ਸ਼ਰਾਰਾ ਵੀ ਪਲਾਜ਼ੋ ਵੀ ਕੁਝ ਵੀ ਬਣਾ ਸਕਦੇ ਹੋ ਤੇ ਮੇਰੇ ਦਾ ਦੁਪੱਟਾ ਬਹੁਤ ਹੀ ਪਿਆਰਾ ਬਣਿਆ ਹੋਇਆ ਆ ਵੇਖੋ ਸਾਰੇ ਦੁਪੱਟੇ ਦੇ ਉੱਤੇ ਵਰਕ ਵੀ ਕੀਤਾ ਹੋਇਆ ਹਲਕਾ ਹਲਕਾ ਤੇ ਬਹੁਤ ਡਿਫਰੈਂਟ ਜਿਹਾ ਸਟਾਈਲ ਦੀ ਲੈਸ ਲਾਈ ਆ ਆ ਵੇਖੋ ਚਨੂਨ ਦਾ ਦੁਪੱਟਾ ਪਿਓਰ ਚਨੂਨ ਦਾ 2.5 ਮੀਟਰ ਹੀ ਤੇ ਬਹੁਤ ਸੋਹਣਾ ਵੇਖੋ ਸਾਰੇ ਦੁਪੱਟੇ ਦੇ ਵਿੱਚ ਹਲਕਾ ਹਲਕਾ ਵਰਕ ਕੀਤਾ ਹੋਇਆ ਹੈਵੀ ਵਰਕ ਨਹੀਂਗਾ ਹਲਕਾ ਹਲਕਾ ਬਹੁਤ ਸਰਦਾਰੀ ਜਿਹਾ ਸੂਟ ਲੱਗੂਗਾ ਪਾਇਆ ਹੋਇਆ ਤੇ ਇਧਰ ਵੇਖੋ ਲੈਸ ਲੱਗੀ ਦੁਪੱਟੇ ਨੂੰ ਸੋ ਇਹਦੇ ਨਾਲ ਸੂਟ ਦੀ ਲੁੱਕ ਬਿਲਕੁਲ ਡਿਫਰੈਂਟ ਹੋ ਜਾਂਦੀ ਹੈ ਦੁਪੱਟੇ ਦੇ ਨਾਲ ਲਓ ਜੀ ਨੈਕਸਟ ਆ ਗਿਆ ਬਹੁਤ ਹੀ ਪਿਆਰਾ ਸਰਦਈ ਜੇ ਕਲਰ ਦਾ ਸੂਟ ਆ ਇਹ ਇਹ ਵੀ ਪੂਰਾ ਆਲ ਓਵਰ ਸੂਟ ਆ ਤੇ ਪਿਓਰ ਕ੍ਰੇਵ ਦੇ ਉੱਤੇ ਬਣਿਆ ਹੋਇਆ ਮੇਨ ਇਹਦਾ ਘੇਰਾ ਦੇਖੋ ਬਹੁਤ ਹੀ ਪਿਆਰਾ ਬਣਿਆ ਹੋਇਆ ਪੂਰਾ ਘੇਰੇ ਦੇ ਉੱਤੇ ਹੈਂਡਵਰਕ ਕੀਤਾ ਆਇਆ ਵੇਖੋ ਆ ਘੇਰਾ ਬਣਿਆ ਬਹੁਤ ਹੀ ਹੈਵੀ ਪਹਿਲਾਂ ਬਾਰਡਰ ਆ ਜਾਂਦਾ ਘੇਰੇ ਦਾ ਫਿਰ ਤਾਂ ਉਹ ਵੇਲਾ ਜਾਂਦੀਆਂ ਨੇ ਸੋ ਵੇਖੋ ਤੇ ਉੱਪਰ ਸਾਰੇ ਸੂਟ ਦੇ ਵਿੱਚ ਹਲਕੀਆਂ-ਹਲਕੀਆਂ ਬੁਟੀਆਂ ਬਣੀਆਂ ਹੋਈਆਂ ਜਿਸ ਨਾਲ ਬੜੀ ਡਿਫਰੈਂਟ ਜੀ ਲੁੱਕ ਆਉਂਦੀ ਆ ਸੂਟ ਦੀ ਆ ਵੇਖੋ ਤੇ ਇਧਰ ਬਣੀਆਂ ਹੋਈਆਂ ਬਾਹਾਂ ਸੂਟ ਦੀਆਂ ਇਹ ਪੂਰਾ ਆਲ ਓਵਰ 5 ਮੀਟਰ ਸੂਟ ਆ ਇਹਦੀ ਲੈਂਥ ਦਾ ਕੋਈ ਚੱਕਰ ਨਹੀਂਗਾ ਕਿਉਂਕਿ ਇਹਦਾ ਗळा ਨਹੀਂ ਬਣਿਆ ਹੋਇਆ ਤੁਸੀਂ ਗळा ਆਪਣੇ ਹਿਸਾਬ ਨਾਲ ਜਿੱਥੇ ਮਰਜ਼ੀ ਰੱਖ ਕੇ ਸੈੱਟ ਕਰਾ ਸਕਦੇ ਹੋ ਸੋ ਬਣਿਆ ਹੋਇਆ ਸੂਟ ਬਹੁਤ ਹੀ ਪਿਆਰਾ ਲੱਗੂਗਾ ਤੇ ਇਹਦਾ ਦੁਪੱਟਾ ਬਹੁਤ ਹੀ ਜ਼ਿਆਦਾ ਸੋਹਣਾ ਤੇ ਡਿਫਰੈਂਟ ਜਿਹਾ ਸਟਾਈਲ ਦੇ ਵਿੱਚ ਰੈਡੀ ਕਰਾਇਆ ਸੂਟ ਨਾਲ ਦਾ ਹੀ ਸੋ ਇਹ ਸੂਟ ਜਿਵੇਂ ਤੁਸੀਂ ਵਿਆਹ ਤੇ ਪਾਉਂਗੇ ਤਾਂ ਬਹੁਤ ਹੀ ਜ਼ਿਆਦਾ ਸੋਹਣਾ ਲੱਗੂਗਾ ਹਾਂ ਵੇਖੋ ਚਾਰੇ ਪਾਸੇੋਂ ਬਣਿਆ ਹੋਇਆ ਦੁਪੱਟਾ ਇਹ ਆ ਵੇਖੋ ਸਾਰੇ ਦੁਪੱਟੇ ਦੇ ਚਾਰੇ ਪਾਸੇ ਹੈਂਡਵਰਕ ਦਾ ਕੰਮ ਕੀਤਾ ਹੋਇਆ ਪਿਓਰ ਚਨੂਨ ਦਾ 2.5 ਮੀਟਰ ਦੁਪੱਟਾ ਇਹ ਸੂਟ ਦੇ ਘੇਰ ਨਾਲ ਦਾ ਹੀ ਵਰਕ ਕੀਤਾ ਦੁਪੱਟੇ ਦੇ ਉੱਤੇ ਤੇ ਸੈਂਟਰ ਦੇ ਵਿੱਚੋਂ ਖਾਲੀ ਨਹੀਂ ਰੱਖਿਆ ਹਲਕੇ ਹਲਕੇ ਮੁਕੈਸ਼ ਟਾਈਪ ਲੱਗਿਆ ਹੋਇਆ ਤੇ ਆ ਵੇਖੋ ਦੁਪੱਟਾ ਸੋ ਇਹ ਸੂਟ ਜਦੋਂ ਬਣਿਆ ਸਟਿਚ ਕੀਤਾ ਹੋਇਆ ਬਹੁਤ ਵਧੀਆ ਲੱਗੂਗਾ ਪਾਇਆ ਤੁਹਾਡੇ ਲਓ ਜੀ ਆ ਆ ਗਿਆ ਬਹੁਤ ਹੀ ਪਿਆਰਾ ਬਹੁਤ ਹੀ ਸੋਬਰ ਜਿਹਾ ਕਲਰ ਆ ਇਹ ਸੂਟ ਦਾ ਜਿਵੇਂ ਕਹਿ ਸਕਦੇ ਆ ਕਦੂ ਵਰਗਾ ਰੰਗ ਆ ਇਹਦਾ ਸੋ ਬਹੁਤ ਹੀ ਸੋਹਣਾ ਡਿਫਰੈਂਟ ਜੇ ਕਲਰ ਦਾ ਸੂਟ ਆ ਇਹ ਬਾਕੀ ਬਹੁਤ ਲਾਈਟ ਸ਼ੇਡ ਦੇ ਉੱਤੇ ਤੇ ਡਿਫਰੈਂਟ ਡਿਜ਼ਾਈਨਰ ਸੂਟ ਬਣਿਆ ਹੋਇਆ ਸ਼ੀਸ਼ਿਆਂ ਵਾਲਾ ਵਰਕ ਕੰਮ ਕੀਤਾ ਹੈਂਡਵਰਕ ਕੀਤਾ ਦੇਖੋ ਬਹੁਤ ਸੋਹਣੀਆਂ ਬੂਟੀਆਂ ਬਣੀਆਂ ਮੋਤੀ ਵੀ ਲੱਗੇ ਆ ਪਹਿਲਾਂ ਘੇਰਾ ਬਹੁਤ ਹੈਵੀ ਬਣਿਆ ਹੈ نیچے ਘੇਰੇ ਤੇ ਦੇਖੋ ਪਹਿਲਾਂ ਵੇਲ ਜਾਂਦੀ ਆ ਉੱਥੇ ਹੈਂਡਵਰਕ ਕੀਤਾ ਤੇ ਵਿੱਚ ਸ਼ੀਸ਼ੇ ਵੀ ਲਾਏ ਹੋਏ ਨੇ ਸੋ ਡਿਜ਼ਾਈਨਿੰਗ ਸੂਟ ਦੀ ਬਹੁਤ ਡਿਫਰੈਂਟ ਜੇ ਸਟਾਈਲ ਦੀ ਕੀਤੀ ਹੋਈ ਆ ਤੇ ਫਿਰ ਸਾਰੇ ਸੂਟ ਦੇ ਵਿੱਚ ਹਲਕੀਆਂ-ਹਲਕੀਆਂ ਬੂਟੀਆਂ ਪਾਈਆਂ ਹੋਈਆਂ ਆ ਸਾਰਾ ਹੈਂਡਵਰਕ ਕੀਤਾ ਹੋਇਆ ਜਿਹੜਾ ਆ ਵੀ ਦੇਖ ਰਹੇ ਹੋ ਤੁਸੀਂ ਇਹ ਪੂਰਾ ਤਾਂ ਤੱਕ ਬਣਿਆ ਹੋਇਆ ਹੈ ਵੇਖੋ ਇਹਦੇ ਉੱਪਰ ਤੁਸੀਂ ਗਲਾ ਰਖਾ ਕੇ ਜਿੱਥੇ ਮਰਜੀ ਸਟਿਚ ਕਰਵਾ ਕਰਾ ਸਕਦੇ ਹੋ ਕਿਉਂਕਿ ਇਹਦਾ ਆਪਾਂ ਗਲਾ ਨਹੀਂ ਤਿਆਰ ਕਰਵਾਇਆ ਕਿਉਂਕਿ ਘੇਰਾ ਕਾਫੀ ਜ਼ਿਆਦਾ ਹੈਵੀ ਸੀਗਾ ਸੋ ਇਸ ਕਰਕੇ ਗਲਾ ਉੱਪਰੋਂ ਸਿੰਪਲ ਹੀ ਆਪਾਂ ਤਾਂ ਕਰਕੇ ਨਹੀਂ ਕਰਵਾਇਆ ਕਿਉਂਕਿ ਸੂਟ ਇਹ ਬਹੁਤ ਵਧੀਆ ਮਤਲਬ ਬਣਿਆ ਇਹਨੂੰ ਟਾਈਮ ਬਹੁਤ ਲੱਗਿਆ ਬਣਨ ਦੇ ਵਿੱਚ ਆਹ ਵਾਲੇ ਸੂਟ ਨੂੰ ਸੋ ਇਹਦੀ ਲੈਂਥ ਦਾ ਕੋਈ ਚੱਕਰ ਨਹੀਂ ਸੋ ਕੋਈ ਵੀ ਪਾ ਸਕਦਾ ਇਹਨੂੰ ਤੇ ਇੱਧਰ ਬਣੀਆਂ ਹੋਈਆਂ ਬਾਹਾਂ ਇਹਦੀਆਂ ਆ ਵੇਖੋ ਜਿੱਦਾਂ ਦਾ ਸੂਟ ਬਣਿਆ ਤੁਸੀਂ ਆਪ ਹੀ ਇਮੇਜਿਨ ਕਰ ਸਕਦੇ ਹੋ ਵੀ ਜਦੋਂ ਸਟਿਚ ਹੋਇਆ ਸੂਟ ਕਿਦਾਂ ਦਾ ਬਣ ਜੂਗਾ ਇਹ ਇਹ ਪੂਰਾ ਆਲ ਓਵਰ ਸੂਟ ਆ 5 ਮੀਟਰ ਸੋ ਜਿੱਦਾਂ ਦਾ ਸੂਟ ਆ ਉਦਾਂ ਹੀ ਵਰਕ ਕੀਤੀ ਹੋਈ ਚੁੰਨੀ ਬਣੀ ਹੋਈ ਆ ਪ्योर ਚਨੂਨ ਦਾ 2.5 ਮੀਟਰ ਦੁਪੱਟਾ ਤੇ ਸਾਰੇ ਦੁਪੱਟੇ ਦੇ ਆਲੇ-ਦੁਆਲੇ ਵੇਖੋ ਵਰਕ ਕੀਤਾ ਹੋਇਆ ਸੈਂਟਰ ਦੇ ਵਿੱਚੋਂ ਵੀ ਪਲੇਨ ਨਹੀਂ ਰੱਖਿਆ ਵਿੱਚ ਬੂਟੀਆਂ ਪਵਾਈਆਂ ਨੇ ਵਰਕ ਕਰਵਾ ਕੇ ਸੋ ਵੇਖੋ ਡਿਜ਼ਾਈਨਿੰਗ ਸੂਟ ਦੀ ਬੜੀ ਡਿਫਰੈਂਟ ਜੀ ਕੀਤੀ ਆ ਸੋ ਸ਼ੀਸ਼ਿਆਂ ਵਾਲਾ ਸੂਟ ਆ ਬਹੁਤ ਹੀ ਪਿਆਰਾ ਸੋ ਤੁਸੀਂ ਜਿਹੜਾ ਵੀ ਸੂਟ ਤੁਹਾਨੂੰ ਮੈਂ ਜਿੰਨੇ ਵੀ ਦਿਖਾਏ ਨੇ ਕੋਈ ਵੀ ਪਸੰਦ ਆਈ ਜਾਂਦਾ ਸਕਰੀਨਸ਼ਾਟ ਲਓ ਮੈਸੇਜ ਕਰੋ ਸਾਨੂੰ ਕਾਲ ਨਾ ਕਰਿਓ ਮੈਸੇਜ ਕਰਿਓ ਕਿਉਂਕਿ ਸਾਨੂੰ ਵੀ ਪਤਾ ਲੱਗ ਜਾਂਦਾ ਵੀ ਤੁਸੀਂ ਇਹ ਵਾਲਾ ਸੂਟ ਲੈਣਾ ਅਸੀਂ ਤੁਹਾਨੂੰ ਸੂਟ ਦਾ ਪ੍ਰਾਈਸ ਵੀ ਦੱਸ ਦਾਂਗੇ ਸਾਰੀ ਡਿਟੇਲ ਵੀ ਦੱਸ ਦਾਂਗੇ ਬਾਕੀ ਜੇ ਜ਼ਿਆਦਾ ਡਿਟੇਲ ਮਤਲਬ ਤੁਹਾਨੂੰ ਸੂਟ ਦਾ ਸਟੱਫ ਵਗੈਰਾ ਵੀ ਕਿੱਦਾਂ ਦਾ ਜਾਂ ਫੋਟੋ ਦੇਖਣੀਆਂ ਚੰਗੀਆਂ ਤਾਂ ਤੁਸੀਂ ਇੰਸਟਾਗ੍ਰam ਤੇ ਦੇਖ ਸਕਦੇ ਹੋ ਹਨਾ ਉੱਥੇ ਜਾ ਕੇ ਉੱਥੇ ਸਾਰੇ ਸੂਟਾਂ ਦੀਆਂ ਫੋਟੋਜ਼ ਹੈਗੀਆਂ ਸੋ ਸਾਡੇ ਇੰਸਟਾਗ੍ਰam ਫਾਨੋ ਸਟਾਈਲ ਨੂੰ ਫੋਲੋ ਕਰ ਲਓ ਉੱਥੇ ਸਾਰੇ ਸੂਟਾਂ ਲਓ ਜੀ ਨੈਕਸਟ ਆ ਗਿਆ ਰਾਣੀ ਛੇੜ ਦੇ ਉੱਤੇ ਬਣਿਆ ਹੋਇਆ ਸੂਟ ਬਹੁਤ ਹੀ ਪਿਆਰਾ ਵੇਖੋ ਪਹਿਲਾ ਸੂਟ ਦਾ ਪੂਰਾ ਫਰੰਟ ਪੂਰਾ ਹੈਵੀ ਬਣਿਆ ਹੋਇਆ ਸੋ ਇਹ ਸੂਟ ਤੁਸੀਂ ਵਿਆਹ ਸ਼ਾਦੀਆਂ ਕੋਈ ਮੈਰਿਜ ਫੰਕਸ਼ਨ ਆ ਰਿਹਾ ਜਾਂ ਜਾਗੋ ਆ ਰਹੀ ਹੈ ਜਾਂ ਕੋਈ ਵੀ ਪਾਰਟੀ ਆ ਰਹੀ ਹੈ ਉੱਤੇ ਪਾਇਆ ਬਹੁਤ ਹੀ ਜ਼ਿਆਦਾ ਸੋਹਣਾ ਲੱਗੂਗਾ ਕਿਉਂਕਿ ਡਿਫਰੈਂਟ ਜਿਹੇ ਡਿਜ਼ਾਈਨ ਦਾ ਸੂਟ ਆ ਇਹ ਹਾਂ ਵੇਖੋ ਇਹ ਪਿਓਰ ਕ੍ਰੇਪ ਦਾ 5 ਮੀਟਰ ਸੂਟ ਆ ਪੂਰੇ ਸੂਟ ਦੇ ਉੱਤੇ ਵਰਕ ਕੀਤਾ ਹੋਇਆ ਵੇਖੋ ਤੁਸੀਂ ਆਪ ਦੇਖ ਸਕਦੇ ਹੋ ਜਿਹੜੀ ਚੀਜ਼ ਤੁਸੀਂ ਦੇਖ ਰਹੇ ਹੋ ਸੇਮ ਉਦਾਂ ਹੀ ਆ ਹਾਂ ਵੇਖੋ ਤੇ ਇੱਧਰ ਬਣੀਆਂ ਹੋਈਆਂ ਸੂਟਾਂ ਦੀਆਂ ਬਾਹਾਂ ਸੋ ਬਾਹਾਂ ਬਹੁਤ ਸੋਹਣੀਆਂ ਬਣੀਆਂ ਸੂਟ ਦੀਆਂ ਇਹ ਪੂਰਾ ਆਲ ਓਵਰ ਸੂਟ ਆ ਤੇ ਦੁਪੱਟਾ ਵੀ ਬਹੁਤ ਹੀ ਪਿਆਰਾ ਡਿਫਰੈਂਟ ਡਿਜ਼ਾਈਨ ਦਾ ਬਣਿਆ ਹੋਇਆ ਇਹਦਾ ਆ ਵੀ ਕਾਪੀ ਉਹ ਚਨੂਨ ਦਾ ਸੇਮ ਸੂਟ ਨਾਲ ਦਾ ਹੀ ਦੁਪੱਟਾ ਬਣਿਆ ਤੇ ਸਾਰੇ ਸੂਟ ਦੇ ਆਲੇ-ਦੁਆਲੇ ਕੱਟਵਰਕ ਕੀਤਾ ਹੋਇਆ ਵੇਖੋ ਨਾਲੇ ਸੂਟ ਨਾਲ ਦਾ ਹੀ ਵਰਕ ਕੀਤਾ ਹੋਇਆ ਚਾਰੇ ਲੜਾਂ ਦੇ ਉੱਤੇ ਸੂਟ ਨਾਲ ਦਾ ਵਰਕ ਕੀਤਾ ਆ ਵੀ ਕੋ ਇਧਰ ਵੀ ਕੀਤਾ ਬਾਕੀ ਸਾਈਡਾਂ ਦੇ ਉੱਤੇ ਕੱਟਵਰਕ ਕਰਕੇ ਹਲਕਾ ਹਲਕਾ ਵਰਕ ਕੀਤਾ ਤੇ ਸਾਰੇ ਸੂਟ ਦੇ ਵਿੱਚ ਬੂਟੀਆਂ ਪਵਾਈਆਂ ਹੋਈਆਂ ਨੇ ਇਧਰ ਵੀ ਓਵੇਂ ਹੀ ਆ ਸੋ ਸੂਟ ਬਹੁਤ ਵਧੀਆ ਹੈ ਪੂਰਾ ਵੈਡਿੰਗ ਵੇਅਰ ਸੂਟ ਆ ਇਹ ਪਾਇਆ ਬਹੁਤ ਹੀ ਸੋਹਣਾ ਲੱਗੂਗਾ ਹੁਣ ਤੁਹਾਨੂੰ ਆਪਾਂ ਦਿਖਾਉਨੇ ਆ ਜਿਹੜੇ ਅਸੀਂ ਸੂਟ ਸਟਿਚ ਕਰਵਾਇਆ ਇਹ ਤੁਹਾਨੂੰ ਪਿਛਲੇ ਦਿਨਾਂ ਦੇ ਵਿੱਚ ਦਿਖਾਏ ਵੀ ਸੀ ਜੇ ਤੁਸੀਂ ਨਹੀਂ ਵੀ ਦੇਖੇ ਤਾਂ ਆਪਾਂ ਨਾਲ ਪ੍ਰੋਪਰ ਫੋਟੋ ਲਾਵਾਂਗੇ ਸੂਟ ਦੀ ਵੀਡੀਓ ਵੀ ਲਾ ਦਾਂਗੇ ਸੋ ਤੁਸੀਂ ਚੁੰਨੀ ਦਾ ਵੀ ਡਿਜ਼ਾਈਨ ਦੇਖ ਸਕਦੇ ਹੋ ਕਿਦਾਂ ਦਾ ਜੇ ਤੁਸੀਂ ਵੀ ਰੈਡੀ ਕਰਵਾਉਣਾ ਆਪਾਂ ਤੁਹਾਨੂੰ ਵੀ ਰੈਡੀ ਕਰਵਾ ਲਾਂਗੇ ਤੁਸੀਂ ਅਨਸਟਿਚ ਵੀ ਲੈ ਸਕਦੇ ਹੋ ਤੇ ਸਟਿਚ ਕਰਾ ਕੇ ਵੀ ਇਹ ਅਸੀਂ ਬਾਹਰ ਭੇਜਨੇ ਆ ਸੋ ਇਸ ਕਰਕੇ ਇਹਨਾਂ ਨੇ ਸਟਿਚ ਕਰਵਾ ਕੇ ਲਏ ਆ ਇਹ ਪੂਰਾ ਆਲ ਓਵਰ ਸੂਟ ਸੀਗਾ ਆ ਵੇਖੋ ਇਹ ਸੂਟ ਆ ਇੱਧਰ ਬਾਹਾਂ ਆ ਗਈਆਂ ਇਹਨਾਂ ਦੀਆਂ ਬਾਹਾਂ ਮਤਲਬ ਬਾਹਾਂ ਤੇ ਵਰਕ ਨਹੀਂ ਸੀਗਾ ਬਾਹਾਂ ਪਲੇਨ ਸੀ ਸੋ ਵਰਕ ਅਸੀਂ ਥੋੜੀ ਜਿਹੀ ਡਿਜ਼ਾਈਨਿੰਗ ਕਰਵਾਤੀ ਵਰ ਬਾਹਾਂ ਦੇ ਉੱਤੇ ਸੋ ਦੇਖੋ ਕਿੰਨੀ ਸੋਹਣੀ ਡਿਜ਼ਾਈਨਿੰਗ ਕੀਤੀ ਆ ਸੋ ਬਹੁਤ ਸੋਹਣਾ ਬਣਿਆ ਬਾਕੀ ਇਹਦੀ ਜਿਹੜੀ ਬਾਟਮ ਆ ਉਹ ਵੀ ਪਲੇਨ ਸੀਗੀ ਸੋ ਅਸੀਂ ਉਹਦੀਆਂ ਪੌਂਚਿਆਂ ਤੇ ਵੀ ਡਿਜ਼ਾਈਨਿੰਗ ਕਰਵਾਈ ਫਿਰ ਆਹ ਵੇਖੋ ਸੋ ਇਹ suit ਬਣਿਆ ਹੋਇਆ ਬਹੁਤ ਹੀ ਪਿਆਰਾ ਲੱਗਦਾ ਬਾਕੀ ਆਪਾਂ ਵੀਡੀਓ ਲਾਵਾਂਗੇ ਤੁਸੀਂ ਵੀਡੀਓ ਦੇ ਵਿੱਚ ਪ੍ਰੋਪਰ ਦੇਖ ਸਕਦੇ ਹੋ ਕਿੱਦਾਂ ਦਾ ਜੇ ਤੁਸੀਂ ਵੀ ਲੈਣਾ ਤਾਂ ਆਪਾਂ ਤੁਹਾਨੂੰ ਤੁਹਾਨੂੰ ਵੀ ਭੇਜ ਦਾਂਗੇ ਸਾਡੇ ਕੋਲ ਇਸ ਟਾਈਮ ਇਹਦੇ ਨਾਲ ਦੇ 3-4 ਪੀਸ ਸੇਮ ਇਸੇ ਕਲਰ ਦੇ ਵਿੱਚ ਰੈਡੀ ਪਏ ਆ ਸੋ ਆਪਾਂ ਤੁਹਾਨੂੰ ਕੋਰੀਅਰ ਕਰ ਦਾਂਗੇ ਜੇ ਤੁਸੀਂ ਲੈਣਾ ਤਾਂ ਇੱਕ suit ਹੋਰ ਅਸੀਂ ਸਟਿਚ ਕਰਵਾਇਆ ਸੀ ਆ ਵੇਖੋ ਇਹਦੇ ਨਾਲ ਦਾ ਅਸੀਂ ਤੁਹਾਨੂੰ ਕਾਫੀ ਵਾਰ ਦਿਖਾਇਆ ਕਿਉਂਕਿ ਇਹਦੀ ਬਹੁਤ ਜ਼ਿਆਦਾ ਡਿਮਾਂਡ ਆ ਰਹੀ ਆ ਆ suit ਦੀ ਇਹ ਸੂਟ ਅਸੀਂ ਸਭ ਤੋਂ ਪਹਿਲਾਂ ਰੈੱਡ ਕਲਰ ਦੇ ਤਿਆਰ ਕਰਵਾਇਆ ਸੀ ਫਿਰ ਬਲੈਕ ਤੇ ਤਿਆਰ ਕਰਵਾਇਆ ਸੋ ਹੁਣ ਅਸੀਂ ਪਿਸਤਾ ਕਲਰ ਤੇ ਤਿਆਰ ਕਰਵਾਇਆ ਆ ਵੇਖੋ ਇਹਦੀਆਂ ਤਾਂ ਨੂੰ ਵੇਲਾ ਜਾ ਰਹੀਆਂ ਇਹ ਪਿਓਰ ਕਰੇਪ ਤੇ ਬਣਿਆ ਹੋਇਆ ਆ ਪੂਰੇ ਸੂਟ ਦੇਤੇ ਹੈਂਡਵਰਕ ਕੀਤਾ ਇਹਦੀਆਂ ਬਾਹਾਂ ਬਹੁਤ ਹੀ ਸੋਹਣੀਆਂ ਬਣੀਆਂ ਹੋਈਆਂ ਆ ਵੇਖੋ ਇਹਦੀ ਜਿਹੜੀ ਬਾਟਮ ਆ ਇਹਨਾਂ ਨੇ ਸ਼ਰਾਰਾ ਸਟਿਚ ਕਰਵਾਇਆ ਇਹਦੀ ਆ ਵਾਲੀ ਬਾਟਮ ਆ ਬਾਟਮ ਦੇ ਉੱਤੇ ਇਦਾਂ ਵਰਕ ਕੀਤਾ ਆ ਆ ਵੇਖੋ ਇਨਾਂ ਨੇ ਦਾ ਸ਼ਰਾਰਾ ਸਟਿਚ ਕਰਵਾਇਆ ਤੁਸੀਂ ਸਲਵਾਰ ਸੂਟ ਵੀ ਸਟਿਚ ਕਰਵਾ ਸਕਦੇ ਹੋ ਆਪਣੀ ਮਰਜ਼ੀ ਨਾਲ ਉਹ ਤੁਹਾਡੀ ਚੋਇਸ ਆ ਵੀ ਤੁਸੀਂ ਕਿਦਾਂ ਦਾ ਤਿਆਰ ਕਰਵਾਉਣਾ ਸੋ ਇਹ ਹੋਗੇ ਸਾਰੇ ਆਪਣੇ ਸੂਟ ਸੋ ਤੁਹਾਨੂੰ ਜਿਹੜਾ ਵੀ ਪਸੰਦ ਆਉਂਦਾ ਵਟਸਐਪ ਤੇ ਸਕਰੀਨਸ਼ਾਟ ਲਾਓ ਮੈਸੇਜ ਕਰੋ ਸਾਨੂੰ ਵੀ ਆਹ ਵਾਲਾ ਸੂਟ ਲੈਣਾ ਆਪਾਂ ਤੁਹਾਨੂੰ ਕੋਰੀਅਰ ਕਰ ਦਾਂਗੇ ਸੋ ਕੈਸ਼ ਔਨ ਡਿਲੀਵਰੀ ਅਵੇਲੇਬਲ ਆ ਪੇਮੈਂਟ ਤੁਸੀਂ ਆਨਲਾਈਨ ਵੀ ਕਰ ਸਕਦੇ ਹੋ ਬਾਕੀ ਸ਼ਿਪਿੰਗ ਇੰਡੀਆ ਦੇ ਵਿੱਚ ਬਿਲਕੁਲ ਫ੍ਰੀ ਆ ਬਾਕੀ ਜੇ ਤੁਸੀਂ ਬਾਹਰੋਂ ਅਸੀਂ ਇੰਟਰਨੈਸ਼ਨਲ ਵੀ ਕੋਰੀਅਰ ਕਰਦੇ ਆਂ ਤੇ ਇੰਟਰਨੈਸ਼ਨਲ ਵਾਲਿਆਂ ਵਾਸਤੇ ਆਫਰ ਆ ਵੀ ਜੇ ਤੁਸੀਂ 40000 ਤੋਂ ਵੱਧ ਕੱਪੜੇ ਲੈਣੇ ਹੋ ਤਾਂ ਤੁਹਾਡੇ ਵਾਸਤੇ ਵੀ ਸ਼ਿਪਿੰਗ ਫ੍ਰੀ ਆ ਸੋ ਸਕਰੀਨ ਸ਼ਾਟ ਲਓ ਮੈਸੇਜ ਕਰੋ ਆਪਾਂ ਕੋਰੀਅਰ ਕਰ ਦਾਂਗੇ ਬਾਕੀ ਆਪਣੇ ਇੰਸਟਾਗ੍ਰam ਨੂੰ ਜਰੂਰ ਫੋਲੋ ਕਰ ਲਓ ਉੱਥੇ ਸਾਰੇ ਸਾਰੇ ਸੂਟਾਂ ਦੀਆਂ ਫੋਟੋਆਂ ਵੀਡੀਓ ਪਾਈਆਂ ਹੋਈਆਂ ਨੇ ਸੋ ਤੁਸੀਂ ਉੱਥੇ ਵੀ ਸੂਟ ਦੇਖ ਸਕਦੇ ਹੋ ਤੇ ਬਾਕੀ ਆਪਣੇ ਚੈਨਲ ਜਗਮੀਤ ਬਰਾਡਵੀ ਵਲੌਗਸ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਕਿਉਂਕਿ ਇੱਥੇ ਅਸੀਂ ਨਵੇਂ-ਨਵੇਂ ਡਿਜ਼ਾਈਨ ਦੇ ਸੂਟ ਲੈ ਕੇ ਆਉਣੇ ਰਹਿੰਦੇ ਆ ਸੋ ਆਪਾਂ ਤੁਹਾਨੂੰ ਨਵੇਂ-ਨਵੇਂ ਸੂਟ ਦਿਖਾਉਂਦੇ ਰਾਵਾਂਗੇ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਬਾਕੀ ਆਪਣੇ ਜਿਹੜੇ ਆਹਾ ਬੈਗ ਆਪਾਂ ਤਿਆਰ ਕਰਵਾਏ ਨੇ ਸੋ ਹੁਣ ਤੋਂ ਜਿਹੜੇ ਵੀ ਸਾਡੇ ਤੋਂ ਸੂਟ ਲੈਣਗੇ ਕੋਈ ਵੀ ਮਤਲਬ ਅੱਜ ਤੋਂ ਹੀ ਉਹਨਾਂ ਨੂੰ ਸਾਰੇ ਸੂਟ ਆਵਲੇ ਆਪਾਂ ਪੋਲੀਥੀਨ ਦੇ ਵਿੱਚ ਪਾ ਕੇ ਭੇਜਿਆ ਕਰਾਂਗੇ ਸੋ ਤੁਸੀਂ ਇਹਨਾਂ ਦੇ ਵਿੱਚ ਹੀ ਇਹਨਾਂ ਨੂੰ ਸਾਮ ਕੇ ਰੱਖਣਾ ਅੱਗੇ ਸਾਨੂੰ ਕਾਫੀ ਜ਼ਿਆਦਾ ਬਹੁਤ ਕਮੈਂਟ ਆਉਂਦੇ ਹੁੰਦੇ ਸੀ ਅਸੀਂ ਪਿਓਰ ਕ੍ਰੇਡ ਦੇ ਸੂਟਾਂ ਨੂੰ ਕਿੱਦਾਂ ਸਾਮ ਕੇ ਰੱਖੀਏ ਸੋ ਆਪਾਂ ਹੁਣ ਤੁਹਾਨੂੰ ਪੋਲੀਥੀਨ ਦਵਾਂਗੇ ਤੁਸੀਂ ਇਹਨਾਂ ਦੇ ਵਿੱਚ ਸਾਮ ਕੇ ਰੱਖਣਾ ਸਟਿਚ ਕਰਵਾਉਣ ਤੋਂ ਬਾਅਦ ਵੀ ਜਦੋਂ ਪਾ ਕੇ ਸੂਟ ਤੁਸੀਂ ਵਾਸ਼ ਕੀਤਾ ਬਾਅਦ ਵਿੱਚ ਇਹਦੇ ਜੀ ਸਾਮ ਕੇ ਰੱਖਤਾ ਸੋ ਕਦੇ ਵੀ ਸੂਟ ਖਰਾਬ ਨਹੀਂ ਹੋਣਗੇ ਸੋ ਹੁਣ ਆਪਾਂ ਕਰਦੇ ਆਂ ਵੀਡੀਓ ਦਾ ਐਂਡ ਤੇ ਫੇਰ ਮਿਲਾਂਗੇ ਨਵੇਂ ਸੂਟਾਂ ਦੇ ਨਾਲ ਤਾਂ ਸ੍ਰੀ ਕਾਲ ਜੀ